ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਜੀ ਜੈਕ ਮਿਚੀ ਦੇ ਨਾਲ। ਜੈਕ ਮਿਚੀ, ਤੁਹਾਡਾ ਫੇਵਰਟ ਸਿੰਗਰ ਕੌਣ ਹੈ? ਮੇਰਾ ਜੀ ਫੇਵਰਟ ਸਿੰਗਰ ਹੈ ਸੋਨੂ ਨਿਗਮ। ਆਈ ਥਿੰਕ ਉਹਨਾਂ ਨੂੰ ਸਾਰਾ ਇੰਡੀਆ ਹੀ ਸੁਣਦਾ ਜੀ, ਅਤੇ ਮੈਂ ਉਹਨਾਂ ਤੋਂ ਬਹੁਤ ਇੰਸਪਾਇਰ ਹੁੰਦਾ। ਉਹਨਾਂ ਦੀ ਗਾਇਕੀ ਮੈਨੂੰ ਬਹੁਤ ਅੱਛੀ ਲੱਗਦੀ ਹੈ। ਜਿਸ ਤਰ੍ਹਾਂ ਦੀ ਤੁਸੀਂ ਆਪਣੀ ਪਸੰਦ ਸੀ, ਮੈਨੂੰ ਲੱਗਦਾ ਕਿ ਤੁਸੀਂ ਕਲਾਸੀਕਲ 'ਚ ਜ਼ਿਆਦਾ ਇੰਟਰਸਟਡ ਹੋ। ਹਾਂਜੀ ਬਿਲਕੁਲ, ਮੈਂ ਜਿਹੜਾ ਬੇਸ ਹੈ ਬੇਸਿਕਲੀ ਤਾਂ ਉਹ ਕਲਾਸੀਕਲ ਹੀ ਹੁੰਦਾ ਜੀ ਸਾਰਿਆਂ ਦਾ, ਜਿੰਨੇ ਵੀ ਸਿੰਗਰ ਨੇ ਅੱਛੇ ਗਾਉਣ ਵਾਲੇ। ਅਤੇ ਕਲਾਸੀਕਲ ਮੈਂ ਸੁਣਦਾ ਵੀ ਬਹੁਤ ਜ਼ਿਆਦਾ ਹੈ ਜੀ। ਅਤੇ ਆਪਣੇ ਕਿਸੇ ਫੇਵਰਟ ਸਿੰਗਰ ਦਾ ਇੱਕ ਗਾਣਾ ਸੁਣਾ ਦਿਓ। ਹਾਂਜੀ, ਮੈਂ ਸੋਨੂ ਨਿਗਮ ਦਾ ਗਾਣਾ ਸੁਣਾਉਂਦਾ, ਬਟ ਸੁਣਾਊਂਗਾ ਪੰਜਾਬੀ ਜੀ। ਉਹਨਾਂ ਦੇ ਵੀ ਕਾਫੀ ਪੰਜਾਬੀ ਸੌਂਗ ਆਏ ਹੋਏ ਆ, ਮੈਂ ਉਹਨਾਂ ਦਾ ਇੱਕ ਗਾਣਾ ਸੁਣਾਉਂਦਾ, ਬਹੁਤ ਅੱਛਾ ਹੈ। ਯਾਰ ਮੰਗਿਆ ਸੀ ਰੱਬਾ ਤੈਥੋਂ ਰੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ, ਕਿਹੜੀ ਮੈਂ ਖੁਦਾਈ ਮੰਗ ਲਈ। ਯਾਰ ਮੰਗਿਆ ਸੀ ਰੱਬਾ ਤੈਥੋਂ ਰੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ, ਕਿਹੜੀ ਮੈਂ ਖੁਦਾਈ ਮੰਗ ਲਈ। ਮਰ ਜਾਣ ਦੇ, ਮਰ ਜਾਣ ਦੇ, ਮਰ ਜਾਣ ਦੇ ਕਿਸ ਦਾ ਮੈਨੂੰ ਹੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ, ਕਿਹੜੀ ਮੈਂ ਖੁਦਾਈ ਮੰਗ ਲਈ। ਬਹੁਤ ਹੀ ਖੂਬ ਗਾਇਆ। ਮੈਨੂੰ ਤੁਸੀਂ ਨਾ ਬਾਲੀਵੁੱਡ 'ਚ ਨਜ਼ਰ ਆ ਰਹੇ ਹੋ ਥੋੜ੍ਹੇ ਸਮੇਂ 'ਚ। ਥੈਂਕ ਯੂ। ਐਕਚੁਅਲੀ ਟਾਰਗੇਟ ਤਾਂ ਸਾਰਿਆਂ ਦਾ ਉਹੀ ਹੁੰਦਾ ਜੀ, ਚਾਹੇ ਪੰਜਾਬੀ ਕਰੋ, ਐਟ ਦ ਐਂਡ ਬਾਲੀਵੁੱਡ ਅਤੇ ਹਾਲੀਵੁੱਡ ਹੀ ਹੈ। ਚਲੋ ਫਿਲਹਾਲ ਤਾਂ ਪੰਜਾਬ ਲੈਵਲ 'ਤੇ ਹੀ ਮੈਂ ਟਰਾਈ ਕਰੂੰਗਾ, ਫਿਰ ਬਾਲੀਵੁੱਡ ਦਾ ਵੀ ਕਰਨਾ ਹੈ ਉਹ। ਤੁਹਾਡਾ ਇੱਕ ਹੋਰ ਗਾਣਾ ਹੈ ਓਲਡ ਮੋਕ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ। ਹਾਂਜੀ, ਇਹ ਗਾਣਾ ਕੈਨੇਡਾ ਤੋਂ ਮੇਰਾ ਫਰੈਂਡ ਹੈ ਹਰਮਨ ਜੀ, ਉਹਦਾ ਲਿਖਿਆ ਹੋਇਆ ਗਾਣਾ ਵਾ। ਉਹ ਇੱਕ ਕੈਨੇਡਾ ਦੀ ਲਾਈਫ ਆ, ਉਹਦੇ 'ਤੇ ਸਪੈਸ਼ਲ ਉਹਨੇ ਆਪਣਾ ਬਣਾ ਕੇ ਗਾਣਾ ਮੈਨੂੰ ਸੈਂਡ ਕੀਤਾ। ਮੈਨੂੰ ਕਾਲ ਆਈ, ਕਹਿੰਦਾ ਯਾਰ ਮੈਂ ਤੇਰੇ ਲਈ ਇੱਕ ਗਾਣਾ ਲਿਖਿਆ, ਅਤੇ ਮੈਂ ਕਿਹਾ ਸੁਣਾ, ਅਤੇ ਉਹਨੇ ਗਾਣਾ ਜਦੋਂ ਸੁਣਾਇਆ ਅਤੇ ਮੈਂ ਤੁਹਾਨੂੰ ਸੁਣਾਉਂਦਾ ਗਾਣਾ, ਬਹੁਤ ਅੱਛਾ ਗਾਣਾ ਬਣਿਆ। ਵੈਦਰ ਦੀਵਾਰ ਨਿੰਗ ਦੂਜੇ ਦਿਨ ਆ ਜੇ, ਹੀਟ ਤੇ ਰਜਾਈ ਯਾਰਾ ਸਾਥ ਜਾਨੀ ਬਾਜੇ। ਵੈਦਰ ਦੀਵਾਰ ਨਿੰਗ ਦੂਜੇ ਦਿਨ ਆ ਜੇ, ਹੀਟ ਤੇ ਰਜਾਈ ਯਾਰਾ ਸਾਥ ਜਾਨੀ ਬਾਜੇ। ਹੋ ਕਾਲਾ ਮਾਲ ਵੀ ਇਹ ਔਖਾ ਇੱਥੇ ਮਿਲਦਾ, ਕਾਲਾ ਮਾਲ ਵੀ ਇਹ ਔਖਾ ਇੱਥੇ ਮਿਲਦਾ, ਐਸਪ੍ਰੈਸੋ ਪੀ ਪੀ ਅੱਖ ਖੜੀ ਹੈ। ਓਲਡ ਮੋਕ ਦੀ ਲੈ ਕੇ ਆਈ ਬੋਤਲਾ, ਹੋ ਯਾਰਾ ਇੱਥੇ ਠੰਡ ਬੜੀ ਹੈ। ਓਲਡ ਮੋਕ ਦੀ ਲੈ ਕੇ ਆਈ ਬੋਤਲਾ, ਕੈਨੇਡਾ ਵਿੱਚ ਠੰਡ ਬੜੀ ਹੈ। ਕਿਆ ਬਾਤ ਹੈ ਜੀ, ਵਾਕਈ ਪੂਰਾ ਕੈਨੇਡਾ ਦਾ ਇਨਵਾਇਰਮੈਂਟ ਹੀ ਦੱਸ ਦਿੱਤਾ ਜੀ। ਜੀ ਬਿਲਕੁਲ, ਥੋੜੀਆਂ ਲਾਈਨਾਂ ਦੇ ਵਿੱਚ। ਐਕਚੁਅਲੀ ਇਹ ਗਾਣੇ ਦੇ ਵਿੱਚ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਕਾਲਾ ਮਾਲ ਮੈਨੂੰ ਵਰਡ ਅੱਛਾ ਨਹੀਂ ਲੱਗ ਰਿਹਾ, ਕਿਉਂ ਯੂਜ਼ ਕਰ ਰਿਹਾ ਤੂੰ? ਕਹਿੰਦਾ ਨਹੀਂ ਯਾਰ, ਇਹ ਰਿਐਲਿਟੀ, ਉੱਥੋਂ ਦੀ ਸਰਕਾਰ ਬਹੁਤ ਅੱਛੀ ਹੈ, ਜਿਹੜੀ ਡਰੱਗ ਜਿਹੜਾ ਲੈਣ ਹੀ ਨਹੀਂ ਦਿੰਦੀ ਹੈ, ਵੀ ਕਾਫੀ ਵਿੱਚ ਪਾ ਕੇ, ਵੀ ਅਸੀਂ ਕਾਫੀ ਇਸ ਤਰੀਕੇ ਨਾਲ ਪੀਂਦੇ ਹਾਂ ਕਿ ਸਾਡੀ ਅੱਖ ਖੜੀ ਰਹਿੰਦੀ ਹੈ, ਕਾਫੀ ਐਡੀ ਹਾਰਡ ਪੀਂਦੇ ਹਾਂ। ਜਾਗਦਾ ਰਹੇ ਜੀ, ਬਿਲਕੁਲ। ਹਾਂਜੀ, ਤੁਹਾਡਾ ਇੱਕ ਬੈਂਡ ਹੈ ਸ਼ੂਲ ਦੀ ਬੈਂਡ, ਇਹ ਕਿਵੇਂ ਬਣਿਆ? ਇਹ ਜੀ ਅਸੀਂ ਅਗਸਤ ਮਹੀਨੇ ਬਣਾਇਆ ਸੀਗਾ ਬੈਂਡ। ਇਹ ਪਹਿਲਾਂ ਸਾਡਾ ਬੈਂਡ ਸੀਗਾ H2M, ਅਤੇ ਮੈਨੂੰ ਨਾਮ ਅੱਛਾ ਨਹੀਂ ਸੀ ਲੱਗਦਾ, ਫਿਰ ਮੈਂ ਆਪਣੇ ਮਿਊਜ਼ੀਸ਼ੀਅਨਸ ਨਾਲ, ਜਿਹੜੇ ਮੇਰੇ ਬੈਂਡ ਦੇ ਮੈਂਬਰ ਨੇ ਹੈਪੀ ਭਾਅ ਜੀ ਅਤੇ ਮੁਨੀਸ਼ ਮੋਨੂ, ਅਤੇ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਜੀ ਅਸੀਂ ਬੈਂਡ ਦਾ ਨੇਮ ਰੱਖਣਾ ਸ਼ੂਲ, ਸ਼ੂਲ ਦੀ ਬੈਂਡ। ਉਹੀ ਸੇਮ ਕਿ ਨਾਮ ਉਹ ਰੱਖਣਾ ਯੂਨੀਕ ਹੋਵੇ, ਜਿਹੜਾ ਕਿ ਜਿਸ ਨਾਮ ਦਾ ਬੈਂਡ ਕਿਸੇ ਕੋਈ ਹੋਰ ਦੁਨੀਆ 'ਤੇ ਹੋਵੇ ਹੀ ਨਾ। ਫਿਰ ਅਸੀਂ ਯੂਟਿਊਬ 'ਤੇ ਸਰਚ ਕੀਤਾ ਕਿ ਸ਼ੂਲ ਨਾਮ ਦਾ ਬੈਂਡ ਕੋਈ ਨਹੀਂ ਹੈ, ਫਿਰ ਅਸੀਂ ਉਹ ਰੱਖਿਆ ਨਾਮ। ਦੈਨ ਵੈਸੇ ਕਿਹਨੇ ਸੁਜੈਸਟ ਕੀਤਾ ਸ਼ੂਲ? ਨਹੀਂ, ਮੇਰਾ ਪਰਸਨਲ ਹੈ। ਅੱਛਾ, ਪਰਸਨਲ ਹੈਗਾ ਜੀ, ਬਿਲਕੁਲ। ਸ਼ੂਲ ਦਾ ਕੀ ਮਤਲਬ ਹੈ? ਸ਼ੂਲ ਮੈਮ ਇਹਦੇ ਅਲੱਗ ਕਈ ਕਈ ਮਤਲਬ ਨੇ, ਜਿੱਦਾਂ ਸ਼ੂਲ ਦਾ ਵੈਸੇ ਮੇਨ ਮਤਲਬ ਹੈਗਾ ਤੋਖੀਲਾ ਹਥਿਆਰ, ਇੱਕ ਨੁਕੀਲਾ ਹਥਿਆਰ ਹੁੰਦਾ ਨਾ ਤਿੱਖਾ, ਬਟ ਇਹਦਾ ਮਤਲਬ ਇੱਕ ਇਹ ਵੀ ਬਣਦਾ ਮ੍ਰਿਤਿਊ, ਮ੍ਰਿਤਿਊ। ਹਾਂ, ਮੈਂ ਜਿਹੜਾ ਸੋਚ ਕੇ ਰੱਖਿਆ ਸੀ ਵੀ ਮ੍ਰਿਤਿਊ ਮੈਨੂੰ ਅੱਛਾ ਲੱਗਾ ਜੀ, ਸ਼ੂਲ ਰੱਖੋ, ਮ੍ਰਿਤਿਊ ਨਾਮ ਰੱਖਿਆ ਇਹਦਾ। ਮ੍ਰਿਤਿਊ ਮਤਲਬ ਮੌਤ? ਮੌਤ, ਬਿਲਕੁਲ। ਇਸ ਤਰ੍ਹਾਂ ਦਾ ਮਤਲਬ ਕਿਉਂ ਰੱਖਿਆ ਤੁਸੀਂ? ਟਰੁੱਥ ਹੈ, ਇੱਕ ਟਰੁੱਥ ਹੈ, ਇਸ ਲਈ ਤੁਸੀਂ ਰੱਖਿਆ, ਬਿਲਕੁਲ। ਤੇ ਲਾਈਵ ਸ਼ੋਜ਼ ਦੀ ਆਪਾਂ ਗੱਲ ਕਰਦੇ ਹਾਂ, ਹੁਣ ਤੱਕ ਕਿੱਥੋਂ ਤੱਕ, ਹੁਣ ਤੱਕ ਕਿੱਥੇ ਕਿੱਥੇ ਤੁਸੀਂ ਲਾਈਵ ਸ਼ੋਜ਼ ਕਰ ਚੁੱਕੇ ਹੋ? ਅਸੀਂ ਮੈਮ ਕੈਨੇਡਾ ਮੈਂ ਮਈ 'ਚ ਗਿਆ ਸੀਗਾ, ਫਿਰ ਦੁਬਈ ਜਾ ਕੇ ਆਏ ਹਾਂ, ਫਿਰ ਚੰਡੀਗੜ੍ਹ, ਈਵੈਂਟਸ ਵਗੈਰਾ ਕੰਸਰਟ ਚੱਲਦੇ ਰਹਿੰਦੇ ਸਾਡੇ, ਜਿੱਥੇ ਸਾਨੂੰ ਬੁਕਿੰਗ ਆਉਂਦੀ ਅਸੀਂ ਕਰਦੇ ਰਹਿੰਦੇ ਹਾਂ ਜੀ। ਕੈਨੇਡਾ 'ਚ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਕੈਨੇਡਾ 'ਚ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਜੀ। ਕੈਨੇਡਾ 'ਚ ਜਿਹੜੇ ਪੰਜਾਬੀ ਨੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ, ਅਤੇ ਉੱਥੇ ਆਡੀਅੰਸ ਬਹੁਤ ਅੱਛੀ ਹੈ, ਉੱਥੋਂ ਦੀ ਰਿਸਪੈਕਟਫੁੱਲ ਆਡੀਅੰਸ ਹੈ ਸਾਰੀ, ਬਹੁਤ ਪਿਆਰ ਦਿੰਦੇ ਨੇ ਆਰਟਿਸਟ ਉੱਥੋਂ ਦੇ। ਜਿਹਨੇ ਕੀ ਸੁਣਨਾ ਜ਼ਿਆਦਾ ਪਸੰਦ ਕਰਦੇ ਨੇ, ਜਿਵੇਂ ਸਾਡੇ ਲੋਕ ਇੱਧਰ ਟ੍ਰੈਂਡੀ ਸੁਣਨਾ ਪਸੰਦ ਕਰਦੇ ਨੇ, ਹੈ ਨਾ, ਥੋੜ੍ਹਾ ਜਿਹਾ ਮਤਲਬ ਜਿਹਦੇ ਵਿੱਚ ਨੱਚਣ ਵਾਲਾ ਸਿਸਟਮ ਹੋਵੇ ਉਹਨੂੰ ਜ਼ਿਆਦਾ ਪਸੰਦ ਕਰਦੇ ਨੇ, ਔਰ ਬਾਹਰ ਦੇ ਮੁਲਕਾਂ ਦੇ ਵਿੱਚ ਕਿਵੇਂ ਦਾ ਪਸੰਦ ਕਰਦੇ ਨੇ?
ਇਹ ਤਾਂ ਆਰਟਿਸਟ ਤੇ ਡਿਪੈਂਡ ਹੁੰਦਾ ਜੀ, ਆਰਟਿਸਟ ਮਾਹੌਲ ਕਿੱਦਾਂ ਦਾ ਬਣਾਉਂਦਾ, ਵੀ ਉਹ ਸੁਣਾਉਂਦਾ ਕਿੱਦਾਂ ਦਾ ਆ। ਐਕਚੁਅਲੀ ਬੀਟ ਸੌਂਗ ਗਾਣੇ ਸੌਖੇ ਨੇ ਅੱਜ ਦੀ ਡੇਟ 'ਚ, ਤਾਂ ਹਰ ਇੱਕ ਬੰਦਾ ਬੀਟ ਵਾਲੇ ਪਾਸੇ ਜਾ ਰਿਹਾ, ਬਟ ਇਹ ਜ਼ਰੂਰੀ ਨਹੀਂ ਕਿ ਆਡੀਅੰਸ ਜਿਹੜੀ ਆ ਬੀਟ ਸੌਂਗ ਹੀ ਸੁਣਦੀ ਆ, ਆਡੀਅੰਸ ਚੰਗੇ ਗਾਣੇ ਵੀ ਬਹੁਤ ਸੁਣਦੀ ਆ, ਅਤੇ ਬੀਟ ਵੀ ਸੁਣਦੇ ਸਾਰੇ। ਅਸੀਂ ਤਾਂ ਉੱਥੇ ਹਰ ਤਰ੍ਹਾਂ ਦਾ ਪਰਫੋਰਮ ਕਰਦੇ, ਅਸੀਂ ਤਾਂ ਹਿੰਦੀ ਵੀ ਪਰਫੋਰਮ ਕਰਦੇ ਹਾਂ। ਤੁਸੀਂ ਹੁਣ ਤੱਕ ਕਿਹੜੇ ਕਿਹੜੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹੋ? ਮੈਂ ਜੀ ਪੰਜਾਬ ਦੇ ਕਾਫੀ ਜਾਣੇ ਮਾਨੇ ਬਹੁਤ ਅੱਛੇ ਆਰਟਿਸਟਾਂ ਨਾਲ ਕੰਮ ਕਰ ਚੁੱਕਿਆ ਹਾਂ। ਪਹਿਲੀ ਗੱਲ ਤਾਂ ਮੈਂ ਸੁਖਵਿੰਦਰ ਬਾਲੀਵੁੱਡ ਵਾਲੇ, ਜੀ ਉਹਨਾਂ ਨਾਲ ਵੀ ਮੈਂ ਕੰਮ ਕੀਤਾ, ਉਹਨਾਂ ਨਾਲ ਐਜ਼ ਅ ਬੈਕ ਵੋਕਲਿਸਟ ਕੰਮ ਕੀਤਾ ਮੈਂ, ਜੀ ਅਤੇ ਦਿਲਜੀਤ ਭਾਜੀ, ਦਿਲਜੀਤ ਦੋਸਾਂਝ ਜੀ, ਉਹਨਾਂ ਨਾਲ ਵੀ ਮੈਂ ਕਾਫੀ ਦੇਰ ਕੰਮ ਕੀਤਾ ਬੈਕ ਵੋਕਲਿਸਟ, ਅਤੇ ਉਹ ਵੀ ਇੱਕ ਅਲੱਗ ਐਕਸਪੀਰੀਅੰਸ ਆ, ਕਿਉਂਕਿ ਸਟੇਜ ਦਾ ਐਕਸਪੀਰੀਅੰਸ ਲੈਣਾ ਬਹੁਤ ਜ਼ਰੂਰੀ ਹੈ, ਜੀ ਜੀ ਬਿਲਕੁਲ ਅਤੇ ਉਹ ਇੱਕ ਅਲੱਗ ਐਕਸਪੀਰੀਅੰਸ ਆ, ਉਹ ਐਕਸਪੀਰੀਅੰਸ ਸਾਰਾ ਇਕੱਠਾ ਕਰਕੇ ਮੈਂ ਹੁਣ ਆਪਣਾ ਕੰਮ ਕਰ ਰਿਹਾ। ਜੀ ਬਹੁਤ ਵਧੀਆ। ਔਰ ਜੈਗਮੀਤ ਜੀ, ਕਿਹੜੇ ਕਿਹੜੇ ਫਿਊਚਰ ਦੇ ਪ੍ਰੋਜੈਕਟਸ ਨੇ ਜਿਹੜੇ ਤੁਸੀਂ ਲੈ ਕੇ ਆ ਰਹੇ ਹੋ? ਮੇਰੇ 4-5 ਗਾਣੇ ਰੈਡੀ ਨੇ ਜਿਹੜੇ, ਉਹਨਾਂ ਵਿੱਚੋਂ ਇੱਕ ਗਾਣਾ ਹੈਗਾ ਲੰਡਨ ਦੇ ਅੰਗਰੇਜ਼, ਅਤੇ ਯਾਰਾਂ ਬੇਲੀਆਂ ਦੇ ਇੱਕ ਗਾਣਾ ਮੇਰਾ, 3-4 ਬੀਟ ਸੌਂਗ ਨੇ, ਮੈਂ ਨਾਲ ਦੀ ਨਾਲ ਤੁਹਾਨੂੰ ਅਪਡੇਟਸ ਦਿੰਦਾ ਰਹਾਂਗਾ ਸਾਰੀਆਂ। ਜੀ, ਔਰ ਕੋਈ ਮੈਸੇਜ ਦੇਣਾ ਚਾਹੋ ਤੁਸੀਂ ਸਾਡੇ ਦਰਸ਼ਕਾਂ ਨੂੰ? ਮੈਸੇਜ ਇਹੀ ਹੈ ਕਿ ਰਿਸਪੈਕਟ, ਪੇਰੈਂਟਸ ਦੀ ਜਿਹੜੀ ਰਿਸਪੈਕਟ ਆ ਉਹ ਬਹੁਤ ਜ਼ਰੂਰੀ ਹੈ, ਹਰ ਬੰਦੇ ਨੂੰ ਵਕਤ 'ਤੇ ਪੇਰੈਂਟਸ ਦੀ ਰਿਸਪੈਕਟ ਕਰਨੀ ਚਾਹੀਦੀ ਆ। ਕਿਸਮਤ ਦੇ ਮਗਰ ਲੋਕ ਭੱਜਦੇ ਨੇ, ਮੇਰੇ ਖਿਆਲ ਨਾਲ ਜਿਹੜੀ ਕਿਸਮਤ ਆ ਉਹ ਮਾਂ ਪਿਓ ਦੇ ਪੈਰਾਂ 'ਚ ਆ। ਜਿਹੜਾ ਬੰਦਾ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਦਾ, ਫੈਮਿਲੀ ਦੀ ਰਿਸਪੈਕਟ ਕਰਦਾ, ਉਹਦੇ ਲਈ ਕੁਛ ਵੀ ਇੰਪੋਸੀਬਲ ਨਹੀਂ ਹੈ ਕਿ ਉਹ ਕੁਛ ਨਹੀਂ ਕਰ ਸਕਦਾ, ਹਰ ਚੀਜ਼ ਪੋਸੀਬਲ ਆ। ਪੋਜ਼ਿਟਿਵ ਹੋਣਾ ਅਤੇ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ, ਜੀ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਸਾਨੂੰ ਚੱਲਣਾ ਬਿਲਕੁਲ ਚਾਹੀਦਾ ਹਮੇਸ਼ਾ। ਬਿਲਕੁਲ ਜੈਗਮੀਤ ਜੀ, ਕਿੰਨਾ ਕਿੰਨਾ ਲੋਕਾਂ ਦਾ ਕ੍ਰੈਡਿਟ ਆ ਕਿ ਤੁਸੀਂ ਅੱਜ ਇੱਥੇ ਬੈਠੇ ਹੋਏ ਹੋ, ਆਪਣੇ ਆਪ ਨੂੰ ਸਕਸੈਸਫੁਲ ਮੰਨਦੇ ਹੋ? ਜੀ ਪਹਿਲਾਂ ਤਾਂ ਸਭ ਤੋਂ ਵੱਡਾ ਜਿਹੜਾ ਕ੍ਰੈਡਿਟ ਆ ਉਹ ਮੇਰੀ ਫੈਮਿਲੀ ਵੱਲ ਹੀ ਜਾਂਦਾ ਜੀ, ਕਿਉਂਕਿ ਉਹ ਮੇਰੀ ਫੈਮਿਲੀ ਜਿਹੜੀ ਬਹੁਤ ਸਪੋਰਟਿਵ ਆ, ਮੇਰੀ ਸਿਸਟਰ ਰੇਨੂ, ਮੇਰਾ ਬ੍ਰਦਰ, ਮੇਰੇ ਗੁਰੂ ਜੀ ਰੂਪ ਕਮਲ ਜੀ, ਰਾਮ ਨਾਰਾਇਣ ਮੰਗੋਤਰਾ ਜੀ, ਮੇਰੀ ਯੂਨੀਵਰਸਿਟੀ, ਮੇਰੇ ਫਰੈਂਡਸ, ਸਾਰੇ ਬੰਦਿਆਂ ਦਾ ਯੋਗਦਾਨ ਆ ਮੇਰੀ ਲਾਈਫ ਦੇ ਵਿੱਚ। ਜੀ ਜੀ ਜੋਏ ਅਤੁਲ ਭਾਅ ਜੀ ਮਿਊਜ਼ਿਕ ਡਾਇਰੈਕਟਰ ਨੇ ਪੰਜਾਬ ਦੇ ਬਹੁਤ ਅੱਛੇ, ਟੋਨੀ ਮੇਰੇ ਫਰੈਂਡ ਕੈਨੇਡਾ ਤੋਂ, ਅੰਮ੍ਰਿਤ ਏਕਾ ਰੈਕਰਡਸ, ਵਿਨੀਤ ਪੁਰੀ, ਇਹਨਾਂ ਦਾ ਸਾਰਿਆਂ ਦਾ ਬਹੁਤ ਅੱਛਾ ਵੱਡਾ ਯੋਗਦਾਨ ਹੈ ਮੇਰੀ ਲਾਈਫ ਦੇ ਵਿੱਚ, ਸ਼ਾਇਦ ਇਹ ਸਾਰੀ ਉਮਰ ਤੱਕ ਚੱਲਦਾ ਹੀ ਰਹਿਣਾ ਮੇਰੇ ਨਾਲ ਇਹ। ਅਤੇ ਜੈਗਮੀਤ ਜੀ, ਆਪਣੇ ਆਪ ਨੂੰ 5 ਸਾਲ ਬਾਅਦ ਕਿੱਥੇ ਦੇਖਦੇ ਹੋ? ਬਾਲੀਵੁੱਡ ਦਾ ਟਾਰਗੇਟ ਹੈ ਜੀ, ਡ੍ਰੀਮਸ ਵੱਡੇ ਨੇ। ਹਾਂਜੀ ਡ੍ਰੀਮਸ ਵੱਡੇ ਨੇ। ਜੈਗਮੀਤ ਜੀ, ਸ਼ੋਅ ਖਤਮ ਹੋਣ ਦਾ ਟਾਈਮ ਹੋ ਰਿਹਾ, ਪਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਸੁਣਾ ਕੇ ਜਾਓ। ਹਾਂਜੀ ਮੈਂ ਪਹਿਲਾਂ ਹੀ ਸੋਚ ਕੇ ਆਇਆ ਸੀਗਾ ਕਿ ਮੈਂ ਗਾਣਾ, ਆਪਣਾ ਫੇਵਰੇਟ ਜਿਹੜਾ ਮੇਰਾ ਖੁਦ ਦਾ ਲਿਖਿਆ ਹੋਇਆ ਗਾਣਾ, ਮੈਂ ਉਹਦੀ ਸਥਾਈ ਸੁਣਾਊਂਗਾ, ਜ਼ਿੰਦਗੀ ਸੌਂਗ ਹੈ ਜੀ, ਅਤੇ ਇਹ ਗਾਣਾ ਥੋੜ੍ਹੇ ਦਿਨਾਂ ਤੱਕ ਮੇਰਾ ਆ ਵੀ ਜਾਣਾ ਹੈ। ਤੂੰ ਹੀ ਮੇਰੀ ਜ਼ਿੰਦਗੀ, ਤੂੰ ਜੀਣ ਦੀ ਵਜ੍ਹਾ, ਤੂੰ ਹੀ ਮੇਰੀ ਜ਼ਿੰਦਗੀ, ਤੂੰ ਜੀਣ ਦੀ ਵਜ੍ਹਾ, ਤੇਰੇ ਬਿਨਾ ਜੀਣਾ ਔਖਾ, ਹੋਵੀ ਨਾ ਜੁਦਾ। ਮਾਹੀਆ ਸੋਹਣਿਆ, ਮਾਹੀਆ ਸੋਹਣਿਆ, ਮਾਹੀਆ ਸੋਹਣਿਆ। ਕਿਆ ਬਾਤ ਹੈ ਜੀ, ਬਹੁਤ ਖੂਬ। ਔਰ ਹੁਣ ਟਾਈਮ ਬਿਲਕੁਲ ਹੋ ਗਿਆ ਜਾਣ ਦਾ ਜੀ, ਬਿਲਕੁਲ, ਤੇ ਮੇਰੇ ਵੱਲੋਂ ਔਰ ਪੰਜਾਬ ਵੰਦੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ, ਧੰਨਵਾਦ ਸਾਰਿਆਂ ਦਾ। ਔਰ ਜੈਗਮੀਤ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੈਮ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਜੈਗਮੀਤ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਪੰਨੇ ਸਾਡੇ ਨਾਲ ਫਰੋਲੇ। ਸੋ ਇਸੇ ਤਰ੍ਹਾਂ ਖਾਸ ਖਾਸ ਚਿਹਰਿਆਂ ਨੂੰ ਤੁਹਾਡੇ ਨਾਲ ਮਿਲਵਾਉਂਦੇ ਰਹਾਂਗੇ। ਸੋ ਮਿਲਦੇ ਹਾਂ ਇੱਕ ਹੋਰ ਨਵੇਂ ਚਿਹਰੇ ਦੇ ਨਾਲ, ਤਦ ਤੱਕ ਲਈ ਜੁੜੇ ਰਹੋ ਪੰਜਾਬ ਵਨ ਟੀਵੀ ਦੇ ਨਾਲ। ਬਹੁਤ ਬਹੁਤ ਧੰਨਵਾਦ।